ਕਠੂਆ ਟਰੱਕ ਜੂਨੀਅਰ, ਕਠੂਆ ਟਰੱਕ ਜੂਨੀਅਰ, ਕਠੂਆ ਟਰੱਕ ਜੂਨੀਅਰ, ਕਠੂਆ ਟਰੱਕ ਜੂਨੀਅਰ। ਹਾਂਜੀ, ਕੀ ਗੱਲ ਹੈ, ਕੀ ਪਰੇਸ਼ਾਨੀਆਂ ਵਾਲੇ? ਭਾਈ ਸਾਹਿਬ, ਪਰੇਸ਼ਾਨੀ ਸਾਨੂੰ ਇਹ ਆ ਰਹੀ ਹੈ ਕਿ ਸਾਨੂੰ 60 ਸਾਲ ਦੀ ਸਾਡੀ ਯੂਨੀਅਨ ਹੈ, ਟਰੱਕ ਯੂਨੀਅਨ, ਸਾਡੇ ਪਿਤਾ, ਸਾਡੇ ਵੱਡੇ ਬਜ਼ੁਰਗ, ਸਾਡੇ 60 ਸਾਲ ਦੀ ਯੂਨੀਅਨ ਸਾਨੂੰ ਇਹ ਬੂਟਾ ਲਾ ਕੇ ਦੇ ਗਏ ਸਨ। ਤੋ ਅੱਜ ਐਸੀ ਨੋਬਤ ਆ ਗਈ ਕਿ ਸਾਡੀ ਟਰੱਕ ਯੂਨੀਅਨ ਦੇ ਕਿ ਜਿੰਨੇ ਵੀ ਇਹ ਨੌਜਵਾਨ ਖੜੇ ਨੇ, ਸਭ ਕੋਲ ਅੱਛੇ ਪੜ੍ਹੇ ਲਿਖੇ ਨੇ, ਵੈੱਲ ਐਜੂਕੇਟਡ ਹਨ, ਔਰ ਸਾਨੂੰ ਜੋ ਵੀ ਇੰਡਸਟਰੀ ਬਾਹਰੋਂ ਆ ਰਹੀ ਹੈ ਸਾਨੂੰ ਡਿਮਾਂਡ ਨਹੀਂ ਦੇ ਰਹੀ। ਨਵੀਂ ਇੰਡਸਟਰੀ ਜਿਹੜੀ ਵੀ ਲੱਗ ਰਹੀ ਹੈ, ਜਿਹੜੀਆਂ ਆਪਣੀ ਪੁਰਾਣੀਆਂ ਇੰਡਸਟਰੀਆਂ ਉਹ ਤਾਂ ਸਾਨੂੰ ਕੰਮ ਦੇ ਰਹੀਆਂ ਹਨ, ਮਗਰ ਜੋ ਇੰਡਸਟਰੀ ਨਵੀਂ ਆ ਰਹੀ ਹੈ, ਗਾਟੀ ਲੱਗ ਰਹੀ ਹੈ, ਥੱਲੇ ਭਾਗ ਥੱਲੇ ਲੱਗ ਰਹੀ ਹੈ, ਸਾਨੂੰ ਡਿਮਾਂਡ ਨਹੀਂ ਦੇ ਰਹੀ। ਪਤਾ ਨਹੀਂ ਇਹਦਾ ਕਾਰਨ ਕੀ ਹੈ। 70% ਕਹਿੰਦੇ ਸੀ ਤੁਹਾਨੂੰ ਕੰਮ ਮਿਲੇਗਾ, ਅਤੇ ਅਸੀਂ ਪੋਲਿਊਸ਼ਨ ਅਸੀਂ ਖਾ ਰਹੇ ਹਾਂ, ਠੀਕ ਹੈ, ਕਰਜ਼ੇ ਸਾਡੇ ਲੋਕਾਂ ਦੇ ਨੇ, ਅਸੀਂ ਕਰੋੜ ਰੁਪਏ ਕਰਜ਼ਾ ਲਿਆ ਤਾਂ, ਦੋ ਤਿੰਨ ਗੱਡੀਆਂ ਲੋਕਾਂ ਨੇ ਪਾਈ ਦੀਆਂ ਨੇ, ਅਨਇੰਪਲਾਇਡ ਬੱਚੇ ਨੇ, ਯੂਥ ਨੇ, ਪੜ੍ਹੇ ਲਿਖੇ ਨੇ, ਅਤੇ ਸਾਨੂੰ ਡਿਮਾਂਡ ਦੇਣੀ ਚਾਹੀਦੀ ਨਾ, ਇੰਡਸਟਰੀ ਨੇ ਸਾਡੇ ਨਾਲ ਮਿਲ ਕੇ, ਯੂਨੀਅਨ ਨਾਲ ਮਿਲ ਕੇ ਸਾਨੂੰ ਚਾਹੀਦਾ ਰੋਜ਼ਗਾਰ। ਯੂਨੀਅਨ ਦੇ ਬੰਦੇ ਗਏ ਇਹਦੇ ਕੋਲ ਗੱਲ ਸੰਪਰਕ ਕਰਨ? ਦੇ ਬੰਦੇ ਜਾਂਦੇ ਆ, ਉਹ ਕਹਿੰਦੇ ਡੀਸੀ ਸਾਹਿਬ ਨਾਲ ਗੱਲ ਕਰੋ। ਡੀਸੀ ਸਾਹਿਬ ਕੀ ਆਦੇ? ਡੀਸੀ ਸਾਹਿਬ ਕੋਲ ਚਲੋ ਅਸੀਂ ਜਾਵਾਂਗੇ, ਡੀਸੀ ਸਾਹਿਬ ਵੀ ਸਾਨੂੰ ਆਸ਼ਵਾਸਨ ਦੇ ਦਿੰਦੇ, ਔਰ ਸਾਡੀ ਇੱਕ ਪੈਂਡਿੰਗ ਮੰਗ ਹੈ, ਸਾਡੀ ਜਿਹੜੀ ਇਲੈਕਸ਼ਨ ਦੀ ਆਪਣਾ ਯੂਨੀਅਨ ਦੀ ਇਲੈਕਸ਼ਨ ਹੈ, ਇਹ ਕਰਵਾਈ ਜਲਦੀ ਤੋਂ ਜਲਦੀ, ਠੀਕ ਹੈ, ਔਰ ਸਾਨੂੰ ਰੋਜ਼ਗਾਰ ਦਿੱਤਾ ਜਾਏ, ਫੈਕਟਰੀਆਂ ਨਾਲ ਸਾਡਾ ਤਾਲਮੇਲ ਕੀਤਾ ਜਾਏ। ਇੰਨੀ ਵਾਰੀ ਗੱਲ ਮੈਂ ਕਹਿੰਦਾ, ਬਾਕੀ ਅਸੀਂ ਅੱਜ ਡਿਮਾਂਡ ਕਰਦੇ ਹਾਂ ਐਡਮਿਨਿਸਟ੍ਰੇਸ਼ਨ ਨੂੰ ਕਿ ਸਾਨੂੰ ਡਿਮਾਂਡ ਦਿੱਤੀ ਜਾਵੇ। ਇੰਡਸਟਰੀਆਂ ਲੱਗਦੀਆਂ ਪਈਆਂ ਨੇ ਇੱਥੇ, ਇੰਡਸਟਰੀ ਇੱਕ ਤੋਂ ਇੱਕ ਵੱਡੀ ਇੰਡਸਟਰੀ ਇੱਥੇ ਆ ਰਹੀ ਹੈ, ਉਹਨਾਂ ਦਾ ਪੋਲਿਊਸ਼ਨ ਵੀ ਹੈ, ਜੋ ਸਿਸਟਮ ਉਹਨਾਂ ਦਾ ਹੁੰਦਾ ਉਹ ਸਭ ਇੱਥੇ ਸੈਟਅਪ ਕਰਦੇ ਪਏ। ਉਹਨਾਂ ਦੀ ਡਿਮਾਂਡ ਜਿਹੜੀ ਹੈ ਸਾਨੂੰ ਨਾ ਦੇ ਕੇ ਬਾਹਰੋਂ ਗੱਡੀਆਂ ਬਣਾਉਂਦੇ ਪਏ। ਅਸੀਂ ਇੱਕੋ ਡਿਮਾਂਡ ਹੈ ਸਾਡੀ ਐਡਮਿਨਿਸਟ੍ਰੇਸ਼ਨ ਅੱਗੇ ਜਾਂ ਐਲਜੀ ਸਾਹਿਬ ਅੱਗੇ ਕਿ ਸਾਨੂੰ ਡਿਮਾਂਡ ਦਿੱਤੀ ਜਾਏ, ਸਾਨੂੰ ਰੁਜ਼ਗਾਰ ਦਿੱਤਾ ਜਾਏ। ਇੱਥੇ ਜਿੰਨੇ ਵੀ ਬੰਦੇ ਖੜ੍ਹੇ ਸਾਰੇ ਪੜ੍ਹੇ ਲਿਖੇ ਨੇ, ਸਾਰਿਆਂ ਨੇ ਲੋਨ ਜਿਹੜਾ ਮੈਕਸੀਮਮ 50 ਲੱਖ ਤੋਂ ਉੱਪਰ ਹੀ ਹੈ। ਜੇ ਸਾਨੂੰ ਡਿਮਾਂਡ ਹੀ ਨਹੀਂ ਮਿਲੇਗੀ, ਅਸੀਂ ਰੁਜ਼ਗਾਰ ਆਪਣਾ ਚਲਾ ਨਹੀਂ ਸਕਾਂਗੇ। ਡਿਮਾਂਡ, ਅਸੀਂ EMI ਜਿਹੜੀ ਗੱਡੀਆਂ ਦੀ EMI ਅਸੀਂ ਕਿੱਥੋਂ ਭਰਾਂਗੇ? ਇੱਕੋ ਅਸੀਂ ਡਿਮਾਂਡ ਕਰਦੇ ਕਿ ਸਾਨੂੰ ਰੁਜ਼ਗਾਰ ਦਿੱਤਾ ਜਾਏ, ਸਾਨੂੰ ਡਿਮਾਂਡ। ਜੈ ਹਿੰਦ, ਜੈ ਭਾਰਤ।